ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਬੋਲ ਰਿਹਾ ਜੀ। ਹਾਂਜੀ ਹਾਂਜੀ ਰਾਜਕੁਮਾਰ ਜੀ, ਸਤਿ ਸ਼੍ਰੀ ਅਕਾਲ ਜੀ ਅਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਇਹ ਕਹਾਂਗਾ ਕਿ ਪਾਣੀ ਪਹਿਲੀ ਜ਼ਰੂਰਤ ਹੈ ਜੀ। ਪਾਣੀ ਇੱਕ ਪੀਣ ਵਾਸਤੇ ਹਰ ਇਨਸਾਨ ਨੂੰ ਚਾਹੀਦਾ ਜੀ। ਇਹੀ ਗੰਧਲਾ ਹੋ ਚੁੱਕਾ, ਮੈਂ ਦੁਆਬਾ ਕਹਾਂ, ਮਾਲਵਾ ਕਹਾਂ, ਆਪਾਂ ਦੂਸਰਿਆਂ ਇਲਾਕਿਆਂ ਵਿੱਚ, ਪੰਜਾਬ ਦੇ ਹੋਰ ਇਲਾਕੇ ਜਿਹੜੇ ਆਪਣੇ ਮਾਲਵਾ, ਦੁਆਬਾ, ਮਾਝਾ ਜੀ, ਇਹਨਾਂ ਦੇ ਵਿੱਚ ਪਾਣੀ ਦੀ ਜੇ ਸਾਫ਼ ਸੁਥਰੀ ਸੁਵਿਧਾ ਜੇ ਸਰਕਾਰ ਉਹ ਹੀ ਨਹੀਂ ਸੋਚ ਸਕਦੀ ਤੇ ਇੱਥੇ ਬਿਮਾਰੀਆਂ ਤਾਂ ਪਹਿਲਾਂ ਲੱਗ ਹੀ ਚੁੱਕੀਆਂ ਲੋਕਾਂ ਨੂੰ ਬਹੁਤ ਸਾਰੀਆਂ ਜੀ ਜੀ ਜੀ, ਲੋਕ ਸ਼ਿਕਾਰ ਹੋ ਚੁੱਕੇ ਆ। ਤੇ ਮੈਂ ਇਹ ਕਹਾਂਗਾ ਕਿ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਇੱਕ ਜਿਵੇਂ ਕਿ ਮੀਡੀਆ ਜਿਹੜਾ ਹੋ ਚੁੱਕਾ ਆ ਉਹ ਇੱਕ ਕਿਸਮ ਦਾ ਵਿਕ ਚੁੱਕੇ ਆ, ਹਨਾ ਜੀ। ਦੁੱਖਦਾਈ ਗੱਲਾਂ ਆ ਜਿਹੜੀਆਂ ਕਿ ਸਾਨੂੰ ਇੱਥੇ ਬੈਠਿਆ ਪੰਜਾਬ ਦਾ ਫਿਕਰ ਆ ਤੇ ਇਸ ਵਾਸਤੇ ਜਿਹੜੇ ਲੋਕੀ ਜਿਹੜੇ ਮੀਡੀਆ ਲੋਕਲ ਮੀਡੀਆ ਆ ਲੋਕਲ ਮੀਡੀਆ ਨੂੰ ਇਹਦੇ ਵੱਲ ਜ਼ਿਆਦਾ ਧਿਆਨ ਦਿੰਦੇ ਹੋਏ ਮੈਂ ਕਹਿੰਦਾ ਕਿ ਉੱਥੇ ਰਹਿਣ ਵਾਲੇ ਸਾਨੂੰ ਤਾਂ ਹਰ ਚੀਜ਼ ਇੱਥੇ ਸਹੀ ਮਿਲ ਰਹੀ ਆ, ਉੱਥੇ ਵਾਸਤੇ ਅਸੀਂ ਚਿੰਤਾ ਤੁਰੇ ਹਾਂ ਬਹੁਤ ਸਾਰੇ ਕਿ ਉੱਥੇ ਸਾਡੇ ਭੈਣਾਂ ਭਰਾਵਾਂ ਨੂੰ, ਸਾਡੇ ਰਿਸ਼ਤੇਦਾਰਾਂ ਨੂੰ, ਸਾਡੇ ਜਿੰਨੇ ਵੀ ਆਮ ਲੋਕ ਜਿੰਨੇ ਵੀ ਰਹਿ ਰਹੇ ਪੰਜਾਬੀ, ਅਸੀਂ ਇੱਕ ਪਰਿਵਾਰ ਹਾਂ ਜੀ। ਪਰਿਵਾਰਕ ਤੌਰ 'ਤੇ ਸਾਨੂੰ ਇਸ ਮਸਲੇ ਵਿੱਚ ਨਾ ਦੂਰ ਰਹਿ ਹੁੰਦੇ ਹੋਏ ਅਸੀਂ ਇੱਕ ਐਸਾ ਯਾਨੀ ਮਾਹੌਲ ਪੈਦਾ ਕਰੀਏ ਜਿਹਦੇ ਨਾਲ ਕਿ ਗੌਰਮੈਂਟ ਨੂੰ ਇਹਦੇ ਬਾਰੇ ਸੋਚਣਾ ਪਵੇ, ਬੇਸ਼ੱਕ ਸੈਂਟਰ ਗੌਰਮੈਂਟ ਹੋਵੇ ਚਾਹੇ ਪੰਜਾਬ ਗੌਰਮੈਂਟ ਹੋਵੇ, ਸਾਨੂੰ ਸਾਰਿਆਂ ਨੂੰ ਇਸ ਜਿਹੜੀ ਮੁੱਖ ਚੀਜ਼ ਆ ਪੌਣ ਅਤੇ ਪਾਣੀ ਜੀ ਦੁੱਧ ਮਿਲਣੀ ਚਾਹੀਦੀ ਆ ਹਰ ਇੱਕ ਨੂੰ, ਹਰ ਇੱਕ ਉੱਥੇ ਰਹਿਣ ਵਾਲੇ ਨੂੰ। ਰਾਈਟ ਰਾਈਟ ਰਾਈਟ, ਬਿਲਕੁਲ ਬਿਲਕੁਲ ਰਾਜਕੁਮਾਰ ਜੀ, ਤੁਹਾਡੀ ਗੱਲ ਬਹੁਤ ਸਹੀ ਹੈ, ਦਰੁਸਤ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਉਹ ਕਾਮਰੇਡ ਗਿੱਲ ਬੋਲ ਰਿਹਾ ਜੀ ਇੱਥੋਂ ਆਪਣੇ, ਇੱਕ ਮਿੰਟ ਮੈਨੂੰ ਵੋਲੀਊਮ ਬੜੇ ਲਾਓ ਕਰਦੇ। ਹਾਂਜੀ ਹਾਂਜੀ, ਹਿਊਸਟਨ ਤੋਂ ਜੀ। ਹਾਂਜੀ ਗਿੱਲ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਜੀ, ਅਸੀਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਤਾਂ ਪਾਣੀ ਦੀ ਪ੍ਰੋਬਲਮ ਤਾਂ ਉੱਥੇ ਵੀ ਬਹੁਤ ਸੀਗੀ ਜੀ, ਤੇ ਮੈਂ ਤੁਸੀਂ ਹੁਣ ਗੜ ਸ਼ੰਕਰ ਪਾਸੇਲੇ ਦੀ ਗੱਲ ਕੀਤੀ ਸੀ ਨਾ ਜੀ ਜੀ, ਤਾਂ ਉਹਦਾ ਮਤਲਬ ਉਹਦੇ ਵਿੱਚ ਉੱਥੇ ਤਾਂ ਪ੍ਰੋਬਲਮ ਤਾਂ ਪਹਿਲਾਂ ਤੋਂ ਆ ਰਹੀ ਹੈ ਇਹ ਜੀ ਜੀ, ਤਾਂ ਇਹ ਮਤਲਬ ਕੋਈ ਹੱਲ ਤਾਂ ਕਿਸੇ ਨੇ ਨਹੀਂ ਕੀਤਾ। ਜਿਹੜੀ ਸੈੱਲਾਂ ਤੁਸੀਂ ਉਹ ਮਿਲ ਕਹੀ ਆ ਉੱਥੇ ਸਾਡੇ ਚੰਗੇ ਛੋਟੇ ਸਾਡੇ ਭਰਾਵਾਂ ਨੂੰ ਉੱਥੇ ਕੰਮ ਵੀ ਮਿਲਿਆ ਜੀ, ਪਰ ਉਹ ਮੈਂ ਇੱਕ ਜਾਣਦਾ ਜੀ, ਸੈੱਲੇ ਤੋਂ ਤੁਸੀਂ ਜਾਓ ਨਾ ਜੇ ਕੁੜ ਤੁਸੀਂ ਵੱਲ ਨੂੰ ਜੀ, ਤਾਂ ਉਹਦੇ ਵਿੱਚ ਪਸ਼ੂਆਂ ਤੇ ਖੁਰ ਗਲ ਗਏ ਰਾਈਟ, ਤਾਂ ਉਹ ਇੱਕ ਤਾਂ ਇੱਕ ਕਿਸਮ ਦੇ ਵਿੱਚ ਤਾਂ ਕਈ ਸਾਡੇ ਕਾਮਰੇਡ ਬੰਦੇ ਵੀ ਕਹਿਣ ਲੱਗ ਪਏ ਸੀਗੇ ਇਹ ਸਾਡਾ ਵਰਦਾਨ ਹੈ ਸਾਨੂੰ ਮਿਲਿਆ ਇਹ। ਬਿਲਕੁਲ ਜੀ, ਉਹ ਤੁਹਾਡਾ ਦਰਸ਼ਨ ਮੱਟੂ ਉਸ ਇਲਾਕੇ ਦਾ ਹੁੰਦਾ ਸੀ ਸੀਪੀਐਮ ਦਾ। ਹਾਂਜੀ ਹਾਂਜੀ, ਇਹ ਇਹ ਬਿਲਕੁਲ ਬਿਲਕੁਲ ਗਿੱਲ ਸਾਹਿਬ, ਇਹ ਦੁਖਾਂਤ ਹੈ, ਇਹ ਸੱਚਾਈ ਹੈ, ਬਿਲਕੁਲ ਇਸ ਗੱਲ ਦਾ ਜਥਾਰਤ ਹੈ ਕਿ ਬਰਿਆਂ ਵਧੀ, ਮੇਰਾ ਖਿਆਲ ਹੈ ਕਿ 30 ਸਾਲ ਮੈਨੂੰ ਇਹ ਗੱਲ ਦੇਖਦੇ ਨੂੰ ਪ੍ਰੋਬਲਮ ਉਦੀ ਬਰਕਰਾਰ ਹੈ ਜੋ ਆਪਾਂ ਪਹਿਲੇ ਕਹਿ ਰਹੇ ਸੀ ਕਿ ਮਤਲਬ ਪਬਲਿਕ ਮੂਵਮੈਂਟ, ਹੁਣ ਪਬਲਿਕ ਵੀ ਪਹਿਲੇ ਅਵੇਅਰ ਨਹੀਂ ਸੀ, ਹੁਣ ਪਬਲਿਕ ਅਵੇਅਰ ਹੈ ਬਿਲਕੁਲ, ਹੁਣ ਹੱਕ ਮੰਗਦੇ ਨੇ ਦੇ ਸੇ ਕਿ ਜੀ ਸਾਨੂੰ ਇਹਦਾ ਸੋਲੂਸ਼ਨ ਦਿਓ। ਰਾਈਟ 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 ਰਾਈਟ, ਥੈਂਕ ਯੂ ਗਿੱਲ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲ ਰਹੇ ਭੈਣ ਜੀ? ਹਾਂਜੀ ਅਸੀਂ ਹਿਊਸਟਨ ਤੋਂ ਬੋਲਦੇ ਆ, ਰਵਿੰਦਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਵੀਰ ਜੀ, ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ ਜੀ ਜੀ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਇਹ ਜਿਹੜੀ ਤੁਸੀਂ ਪੋਲਿਊਸ਼ਨ ਦੀ ਗੱਲ ਕਰਦੇ ਹੋ ਜੀ, ਤੇ ਇਹ ਪੋਲਿਊਸ਼ਨ ਮੇਰਾ ਖਿਆਲ ਨਹੀਂ ਸਾਫ਼ ਹੋ ਸਕਦਾ, ਕਿਉਂ ਜਦੋਂ ਤੱਕ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹਨਾਂ ਦੇ ਦਿਲ ਸਾਫ਼ ਨਹੀਂ ਹੁੰਦੇ। ਬਿਲਕੁਲ ਸਹੀ, ਨਿਚੋੜ ਹੈ, ਕਿਉਂਕਿ ਨੋਬਡੀ ਗਿਵਿੰਗ ਦਾ ਅਟੈਂਸ਼ਨ ਟੂ ਗਿਵ ਦਾ ਐਨਵਾਇਰਨਮੈਂਟ, ਕਿਉਂਕਿ ਉਹਨਾਂ ਦੀ ਆਪਣੀਆਂ ਲੜਾਈ ਝਗੜੇ ਮੁੱਕਣ ਤਾਂ ਤੇ ਉਹ ਪਬਲਿਕ ਵੱਲ ਖਿਆਲ ਕਰਨ। ਰਾਈਟ ਰਾਈਟ ਰਾਈਟ, ਬਿਲਕੁਲ ਬਿਲਕੁਲ, ਤੁਹਾਡੀ ਗੱਲ ਦਰੁਸਤ ਹੈ ਭੈਣ ਜੀ, ਬਿਲਕੁਲ ਸਹੀ ਗੱਲ ਹੈ। ਮੈਂ ਇਹ ਸਮਝਦਾ ਕਿ ਇਹਨਾਂ ਪੋਲੀਟੀਸ਼ੀਅਨਾਂ ਨੇ ਤਾਂ ਨਿਆਂਪਾਲਿਕਾ ਤੋਂ ਲੈ ਕੇ ਪੱਤਰਕਾਰਾਂ ਨੂੰ ਵੀ ਭ੍ਰਿਸ਼ਟ ਬਣਾ ਦਿੱਤਾ ਇਸ ਗੱਲ ਦੇ ਵਿੱਚ, ਮੇਰਾ ਖਿਆਲ ਅਮਿਤ ਜੀ ਕੋਈ ਦੋ ਰਾਵਾਂ ਤੇ ਨਹੀਂ ਹੈ। ਰਾਈਟ, ਥੈਂਕ, ਕਿਉਂਕਿ ਉਹ ਦੇਖੋ ਜਿਸ ਤਰ੍ਹਾਂ ਹੁਣ ਇਹ ਕਦੀ ਗੇਮਸ ਕਰਾ ਦਿੰਦੇ ਆ ਕਦੀ ਕੁਛ, ਉਹ ਪਬਲਿਕ ਨੂੰ ਖੁਸ਼ ਕਰਨ ਵਾਸਤੇ ਇਟ ਇਜ਼ ਦਾ ਰਾਈਟ ਵੇ ਟੂ ਡੂ ਇਟ,
ਉਹਨਾਂ ਨੂੰ ਕਦੀ ਕਿਸੇ ਨੇ ਜਾ ਕੇ ਪਿੰਡ ਵਿੱਚ ਪੁੱਛਿਆ ਕਿ ਤੁਹਾਡੀ ਰਿਕੁਆਇਰਮੈਂਟ ਕੀ ਆ ਜਾਂ ਤੁਸੀਂ ਕਿਹੜੇ ਮਾਹੌਲ ਦੇ ਵਿੱਚ ਰਹਿੰਦੇ ਆ, ਕਿਉਂਕਿ ਅਸੀਂ ਤੇ ਚੰਡੀਗੜ੍ਹ ਬੈਠੇ ਆ ਏਸੀ ਦੇ ਥੱਲੇ ਬੈਠੇ ਆ ਜਾਂ ਵਧੀਆ ਗੱਡੀ ਦੇ ਵਿੱਚ ਘੁੰਮਦੇ ਆ, ਕਦੀ ਪਬਲਿਕ ਦੇ ਨਾਲ ਸਰਵਾਈਵ ਕਰਨਾ ਸਿੱਖਣ ਤੇ ਫਿਰ ਪਤਾ ਚੱਲੇ ਨਾ ਕਿ ਪਬਲਿਕ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ। ਰਾਈਟ, ਥੈਂਕ ਯੂ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਜੀ? ਹਾਂਜੀ ਮੈਂ ਗੋਪਾਲ ਬੋਲ ਰਿਹਾ ਜੀ। ਹਾਂਜੀ ਗੋਪਾਲ ਜੀ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਜੀ ਇਹ ਜੀ ਕਿ ਦੇਖੋ ਉਹਨਾਂ ਨੂੰ ਪਹਿਲਾਂ ਤਾਂ ਆਪਣੇ ਪੰਜਾਬ ਗਵਰਨਮੈਂਟ ਦਾ ਫਰਜ਼ ਹੈ ਜੀ ਕਿ ਵੀ ਉਹ ਉਸ ਪਾਣੀ ਨੂੰ ਸ਼ੁੱਧ ਕਰਨ ਜੀ। ਜੇ ਉਹ ਨਹੀਂ ਸ਼ੁੱਧ ਕਰ ਸਕਦੇ ਤਾਂ ਸੈਂਟਰ ਕੋਲ ਜਾਣ ਜੀ ਜੀ। ਜੇ ਸੈਂਟਰ ਨਹੀਂ ਕਰਦਾ ਤਾਂ ਫਿਰ ਉਹ ਹੋਰ ਆਰਗੇਨਾਈਜੇਸ਼ਨ ਹੈਗੀ ਆ, ਯੂ ਐਨ ਹੈਗੀ ਆ, ਸਾਰੇ ਹੈਗੇ ਆ, ਉੱਥੇ ਜਾ ਕੇ ਉਹਨਾਂ ਦਾ ਕੰਮ ਹੈ ਕਿ ਵੀ ਉਹ ਕਿਤੇ ਨਾ ਕਿਤੇ ਤਾਂ ਗੁਹਾਰ ਜਾ ਕੇ ਲਾਉਣ। ਬਿਲਕੁਲ ਗੋਪਾਲ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਔਰ ਤੁਸੀਂ ਸਹੀ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਿ ਸਰਕਾਰਾਂ ਕਿਸੇ ਮਸਲੇ ਨੂੰ ਜਿਹੜਾ ਉਹ ਹੱਲ ਨਾ ਕਰ ਸਕਦੀਆਂ। ਹੁਣ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਸ਼ਮਸ਼ੇਰ ਰੰਧਾਵਾ ਬੋਲਦਾ ਮੁਹਾਲੀ ਤੋਂ। ਹਾਂਜੀ ਹਾਂਜੀ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਵੀਰ ਜੀ ਇਹ ਬਹੁਤ ਦੇਰ ਪਹਿਲਾਂ ਇੱਕ ਵਾਟਰ ਪੋਲੂਸ਼ਨ ਕੰਟਰੋਲ ਬਣਿਆ ਸੀਗਾ ਬੋਰਡ ਜੀ ਜੀ ਅਜੇ ਵੀ ਬਣਿਆ ਤਾਂ ਇਸ ਕਰਕੇ ਸੀ ਵੀ ਪਾਣੀ ਦਾ ਜਿਹੜਾ ਪੋਲੂਸ਼ਨ ਰੋਕਿਆ ਜਾਵੇ ਜੀ। ਪਰ ਉਹਦੇ ਵਿੱਚ ਜੋ ਜਿੰਨੇ ਵੀ ਉੱਥੋਂ ਦੇ ਸੀਗੇ ਚੇਅਰਮੈਨ ਜਾਂ ਜੋ ਵੀ ਬੋਰਡ ਦੇ ਸੀਗੇ ਕਰਤਾ ਤਰਤਾ ਜੀ, ਉਹਨਾਂ ਨੇ ਪਾਣੀ ਦਾ ਪੋਲੂਸ਼ਨ ਤਾਂ ਨਹੀਂ ਰੋਕਿਆ ਪਰ ਆਪਣੇ ਘਰ ਜ਼ਰੂਰ ਉਹਨਾਂ ਨੇ ਵਧੀਆ ਵਧੀਆ ਬਣਾ ਲਏ। ਕਿਆ ਬਾਤ, ਇਹਦੇ ਵਿੱਚ ਸਾਰੇ ਰਲ ਕੇ ਉਹ ਬੋਰਡ ਬਾਰੇ ਇਹਨਾਂ ਨੂੰ ਪੁੱਛੋ ਸ਼ਰਮਾ ਜੀ ਨੂੰ ਵੀ ਕੀ ਉਹਦੀ ਸਿਚੁਏਸ਼ਨ ਅੱਜ ਕੱਲ੍ਹ। ਬਿਲਕੁਲ ਜੀ ਬਿਲਕੁਲ, ਇਹੀ ਸਵਾਲ ਕਰਾਂਗੇ ਸ਼ਰਮਾ ਜੀ। ਦੇਖੋ ਤੁਹਾਨੂੰ ਸਵਾਲ ਹੈ ਵਾਟਰ ਪੋਲਿਊਸ਼ਨ ਕੰਟਰੋਲ ਬੋਰਡ ਦੇ ਉੱਤੇ, ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ, ਸਰਕਾਰਾਂ ਚੰਗੇ ਕੰਮ ਵੀ ਕਰਦੀਆਂ, ਮੈਂ ਰਾਈਟ ਟੂ ਸਰਵਿਸਿਜ਼ ਐਕਟ ਜਿਹੜਾ ਪਾਸ ਕੀਤਾ ਉਹਦੇ ਬਾਰੇ ਗੱਲ ਕਰਨੀ ਚਾਹਾਂਗਾ, ਚਾਹੁੰਦਾ ਸੀ, ਪਰ ਮੇਰਾ ਖਿਆਲ ਹੈ ਕਿ ਪੋਲਿਊਸ਼ਨ ਵੱਲ ਨੂੰ ਗੱਲ ਚਲੀ ਗਈ ਹੈ ਅਤੇ ਅਸੀਂ ਉਹਨੂੰ ਹੀ ਅਸੀਂ ਗੱਲ ਨੂੰ ਰੱਖੀਏ। ਕਿਸੇ ਦਿਨ ਮੈਂ ਤੁਹਾਨੂੰ ਉਸ ਸਬਜੈਕਟ ਦੇ ਉੱਤੇ ਔਨਲਾਈਨ ਚੰਡੀਗੜ੍ਹ ਤੋਂ ਲੈ ਕੇ ਜ਼ਰੂਰ ਗੱਲ ਕਰਾਂਗਾ। ਸੋ ਮਤਲਬ ਜਿਹੜਾ ਵਾਟਰ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਇਸ ਵੇਲੇ ਕੀ ਕਰ ਰਿਹਾ? ਉਹੀ ਮੈਂ ਤੁਹਾਨੂੰ ਜਿਹੜਾ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਜੀ, ਜਿੱਦਾਂ ਉਹਨਾਂ ਨੇ ਦੱਸਿਆ ਕਿ ਬਿਲਕੁਲ ਸਹੀ, ਉਹਨਾਂ ਨੇ ਕਿਹਾ ਕਿ ਇਸ ਸਾਰੇ ਵਾਸਤੇ ਪੋਲਿਊਸ਼ਨ ਦੇ ਮੁੱਦੇ ਵਾਸਤੇ ਇੱਕ ਪੋਲਿਊਸ਼ਨ ਕੰਟਰੋਲ ਬੋਰਡ ਬਣਾਇਆ ਗਿਆ ਸੀ ਜੀ। ਅਨਫੋਰਚੁਨੇਟਲੀ ਓਵਰ ਦਾ ਸਕਸੈਸਿਵ ਈਅਰ ਇਰਸਪੈਕਟਿਵ ਕਿ ਅਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ, ਪੋਲਿਊਸ਼ਨ ਬੋਰਡ ਦੇ ਜਿਹੜੇ ਮੋਸਟ ਆਫ ਦਾ ਅਫਸਰ ਜਾਂ ਜਿਹੜੇ ਨੁਮਾਇੰਦੇ ਰਹਿ ਗਏ ਜੀ ਉਹ ਪੋਲੀਟੀਕਲ ਹੀ ਰਹਿ ਗਏ ਜੀ ਜੀ। ਉਹ ਪੋਲੀਟਿਕਸ ਇੰਨੀ ਹਾਵੀ ਹੋ ਗਈ ਕਿ ਬੋਰਡ ਆਪਣੇ ਮੰਤਵ ਤੋਂ ਪਿੱਛੇ ਹਟ ਗਿਆ। ਰਾਈਟ, ਅਲਟੀਮੇਟਲੀ ਹੋਇਆ ਕਿ ਬੜੇ ਬੜੇ ਜਿਹੜੇ ਜਿੱਦਾਂ ਲੁਧਿਆਣਾ ਬੁੱਢਾ ਨਾਲਾ ਸਾਰਿਆਂ ਤੋਂ ਬੜਾ ਪੋਲਿਊਸ਼ਨ ਦਾ ਸੋਰਸ ਸੀਗਾ ਇੱਕ ਟਾਈਮ, ਇੰਨਾ ਸਾਫ਼ ਇੱਕ ਉਹਦਾ ਹਿੱਸਾ ਸੀਗਾ ਸਤਲੁਜ ਦਾ ਸਾਫ਼ ਪਾਣੀ। ਆਪਾਂ ਸਟੋਰੀਜ਼ ਕਰਦੇ ਸੀ ਤਾਂ ਆਪਾਂ ਉਹਦੇ 'ਤੇ ਰਿਸਰਚ ਕੀਤੀ ਤਾਂ ਦੱਸਦੇ ਸੀ ਕਿ ਇੱਥੇ ਨੀਚੇ ਇੰਨੀਆਂ ਨੀਆਂ ਮਤਲਬ 300-500 ਤਰ੍ਹਾਂ ਦੀਆਂ ਮੱਛੀਆਂ ਸੀਗੀਆਂ। ਅੱਜ ਦੀ ਡੇਟ 'ਚ ਉੱਥੇ ਕੋਈ ਈਵਨ ਜਿਹੜਾ ਡੱਡੂ ਵੀ ਨਹੀਂ ਹੋਣਾ ਸੀ। ਡੱਡੂ ਤਾਂ ਬਾਅਦ ਦੀ ਗੱਲ ਹੈ, ਉਹ ਤਾਂ ਪੋਜ਼ੀਟਿਵ ਉਹਦੇ 'ਚ ਲੈਂਦੇ ਹਾਂ ਆਪਾਂ, ਜਿਹਨਾਂ ਨੂੰ ਕਹਿੰਦੇ ਕਿ ਜਿਹੜੇ ਵਾਇਰਸ ਕਹਿ ਸਕਦੇ ਹਾਂ ਉਹ ਵੀ ਉੱਥੇ ਨਹੀਂ ਹੈ ਉਹਦੇ 'ਚ ਮਿਲਦੇ ਨੇ। ਉਹਨੂੰ ਕਰਨ ਲਈ ਉਹਨਾਂ ਨੂੰ ਸਪੈਸ਼ਲ ਵਾਇਰਸ ਪਾਉਣੇ ਪਏ, ਇਸ ਵਾਰ ਉਹਨਾਂ ਨੇ ਮਾਈਕਰੋ ਵਾਇਰਸ ਛੱਡੇ ਨੇ ਤਾਂ ਕਿ ਉਹ ਪਾਣੀ ਅੰਦਰ ਉਹਨੂੰ ਜਿਹੜਾ ਗੰਦਾ ਪਾਣੀ ਹੋ ਗਿਆ ਉਹਨੂੰ ਖਾ ਸਕਣ। ਉਹ ਪਾਣੀ ਦੇ ਸਾਫ਼ ਕਰਨ ਦਾ ਕੋਈ ਸੋਲਿਊਸ਼ਨ ਨਹੀਂ ਲੱਭ ਰਿਹਾ ਸੀ। ਉਹ ਵਜ੍ਹਾ ਉਹੀ ਰਹੀ ਕਿ ਜਿਹੜੇ ਇੰਡਸਟਰੀਜ਼ ਜਿਹੜੀਆਂ ਪੋਲਿਊਟ ਕਰਦੀਆਂ ਸੀ ਉਹ ਨੈਕਸਸ ਬਣ ਗਿਆ ਪੋਲਿਊਸ਼ਨ ਬੋਰਡ ਔਰ ਪੋਲਿਊਟੈਂਟ ਜਿਹੜੀਆਂ ਇੰਡਸਟਰੀਜ਼ ਹੈ ਜੀ, ਉਹ ਉਹਨਾਂ ਨੂੰ ਖੁਸ਼ ਕਰਦੇ ਸੀ। ਅੱਗੇ ਵੋਟ ਬੈਂਕ ਸੀ, ਪੋਲੀਟਿਕਸ ਉਹ ਹਾਵੀ ਹੋ ਗਈ, ਪੋਲੀਟੀਸ਼ੀਅਨ ਨੇ ਆਪਣੇ ਸਿੱਧੇ ਕਰਨੇ ਸ਼ੁਰੂ ਕਰਤੇ ਕਿ ਠੀਕ ਹੈ ਕੋਈ ਨਹੀਂ ਆਪਾਂ ਗਿਆ ਆਪਾਂ ਬੋਰਡ ਬਣਾਤਾ, ਕਰ ਰਹੇ ਹਾਂ ਜੀ ਕਰ ਰਹੇ ਹਾਂ ਜੀ ਜੀ, ਪ੍ਰੋਜੈਕਟ ਬਣੇ ਨਹੀਂ ਹੋਏ, ਏਅਰ ਪੋਲਿਊਸ਼ਨ ਹਰ ਚੀਜ਼। ਪਰ ਦੂਜੇ ਪਾਸੇ ਉਹ ਵੀ ਹੈ ਕਿ ਜਿੱਦਾਂ ਆਪਾਂ ਕਹਿੰਦੇ ਨੇ ਕਿ ਜੀ ਕਹਿੰਦੇ ਹੋ ਨਹੀਂ ਸਕਦਾ, ਦਿੱਲੀ ਇੱਕ ਬੜੀ ਇਗਜ਼ਾਮਪਲ ਹੈ ਉਹਦੇ ਅੱਗੇ। ਦਿੱਲੀ ਪੋਲਿਊਸ਼ਨ ਲੈਵਲ ਇਸ ਲੈਵਲ 'ਤੇ ਪਹੁੰਚਿਆ ਸੀਗਾ ਔਰ ਅੱਜ ਦੀ ਡੇਟ ਦਿੱਲੀ ਬਹੁਤ ਸਾਫ਼ ਕਰਤੀ ਗਈ ਹੈ, ਮਤਲਬ ਚਾਹੇ ਉਹ ਪ੍ਰੋਜੈਕਟਸ ਨਾਲ ਕੀਤੀ ਜਿੱਦਾਂ ਮਰਜ਼ੀ, ਲੇਕਿਨ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ ਔਰ ਹੋ ਗਈ। ਇਹੀ ਇਨੀਸ਼ੀਏਟਿਵਸ ਹੁਣ ਸਰਕਾਰਾਂ ਲੈ ਰਹੀਆਂ ਨੇ ਕਿਉਂਕਿ ਪਬਲਿਕ ਜਦਕਿ ਪੰਜਾਬ ਉਹਦੇ ਦਿੱਲੀ ਦੇ ਲੈਵਲ ਦੇ ਉੱਤੇ ਬਹੁਤ ਥੱਲੇ ਹੈ, ਬਹੁਤ ਛੋਟੀ ਚੀਜ਼ ਹੈ। ਬਿਲਕੁਲ, ਇਹ ਸਟੈਪਸ ਮੈਂ ਉਹੀ ਕਹਿੰਦਾ ਅੱਜ ਤੋਂ ਜੇ 15 ਸਾਲ ਪਹਿਲੇ ਜਾਂ 10 ਸਾਲ ਪਹਿਲੇ ਵੀ ਸਟੈਪ ਲੈ ਲਏ ਹੁੰਦੇ ਜੋ ਹੁਣ ਸਟੈਪ ਲੈ, ਹੁਣ ਕਾਨੂੰਨ ਬਣਾਇਆ ਜਾ ਰਿਹਾ ਕਿ ਜੀ ਬਣਾਤਾ ਗਿਆ ਕਿ ਪਾਣੀ ਨੂੰ ਗੰਦਾ ਨਹੀਂ ਕਰ ਸਕਦੇ ਜੀ। ਹੁਣ ਉਸ ਕਾਨੂੰਨ ਦੇ ਅੰਦਰ ਫਿਰ ਉਹੀ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਜੇ ਕਾਨੂੰਨ ਨੂੰ ਇੰਪਲੀਮੈਂਟ ਕਰਤਾ ਜਾਏ ਸਹੀ ਤਾਂ ਕੋਈ ਰੀਜ਼ਨ ਨਹੀਂ ਹੈ ਕਿ ਉਹ ਨਹੀਂ ਹੋ ਸਕਦਾ ਸਾਫ਼, ਉਹ ਹੋ ਜਾਏਗਾ। ਜੇ ਕਾਲੀ ਬਈ ਇੱਕ ਐਨ ਜੀ ਓ ਸਾਫ਼ ਕਰ ਸਕਦੀ, ਕਾਰ ਸੇਵਕ ਮਿਲ ਕੇ ਸਾਫ਼ ਕਰ ਸਕਦੇ ਨੇ, ਤਾਂ ਸਰਕਾਰ ਕੋਲ ਤਾਂ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਹੈ, ਕਮੀ ਨਹੀਂ ਹੈ। ਉਹ ਕੁਛ ਵੀ ਲੋਕ ਮਿਲ ਜਾਣ, ਲੋਕ ਆ ਜਾਂਦੇ ਨੇ, ਪਬਲਿਕ ਸਪੋਰਟ ਹਮੇਸ਼ਾ ਅੱਛੇ ਕੰਮ ਲਈ, ਪਬਲਿਕ ਹਮੇਸ਼ਾ ਸਪੋਰਟ ਲਈ ਅੱਗੇ ਆਉਂਦੀ ਹੈ ਔਰ ਪੰਜਾਬੀ ਹਮੇਸ਼ਾ ਐਂਟਰਪ੍ਰੀਨਿਅਰ ਰਹੇ ਨੇ ਚਾਹੇ ਜਿੱਥੇ ਮਰਜ਼ੀ ਨੇ। ਉਹਨਾਂ 'ਚ ਇੱਕ ਡਿਫਰੈਂਟ ਜਜ਼ਬਾ ਹੈ ਕਿ ਅੱਛੇ ਕੰਮ ਲਈ ਉਹ ਹਮੇਸ਼ਾ ਜਾਂਦੇ ਨੇ। ਰਾਈਟ ਅਮਿਤ ਜੀ,
मैं ये गल करनी चाहवागा कि जिवें सरकारां दे फैसले ने हुण तुसीं मैनूं ये दस सकदे हो कि पंजाब दे विच छोटे शब्दां दे विच पंजाब दे विच किन्ना क जंगल है जंगल खत्म होता जा रहा है बहुत पर जंगलात विभाग पंजाब दे विच है जंगलात विभाग है जंगलात विभाग है जंगलात विभाग के खर्चे पै रहे ने पर जंगलात विभाग है जंगल जंगल बिल्कुल खत्म है सो सरकारां दे यही फैसले जिहड़े ने ओह लोकां दे गले की हड्डी बनते जा रहे हैं सरकारां नूं प्रॉपर मैं ये समझदा कि सरकारां नूं ओह विभाग जिहड़े ने ਉਹ ਵਿਭਾਗ ਰੱਖਣੇ ਚਾਹੀਦੇ ਨੇ ਔਰ ਉਹਨਾਂ ਵਿਭਾਗਾਂ ਤੋਂ ਪ੍ਰੋਪਰ ਢੰਗ ਦੇ ਨਾਲ ਮਸ਼ੀਨਰੀ ਵਾਂਗ ਕੰਮ ਲੈਣਾ ਚਾਹੀਦਾ ਔਰ ਕੋਈ ਫੈਸਲੇ ਲੈਣੇ ਚਾਹੀਦੇ ਨੇ ਉਹ ਇਨਫਰਾਸਟ੍ਰਕਚਰ ਸਰਕਾਰ ਕੋਲ ਜਿਹੜੇ ਕਾਨੂੰਨ ਵੀ ਨੇ ਉਹਨੇ ਇੰਪਲੀਮੈਂਟ ਨਹੀਂ ਹੁੰਦੇ ਸਾਨੂੰ ਤੋਂ ਬੜੀ ਇਹ ਹੁਣ ਚੰਡੀਗੜ੍ਹ ਔਰ ਮੋਹਾਲੀ ਦੇਰ ਇਜ਼ ਅ ਹੈਲ ਆਫ ਡਿਫਰੈਂਸ ਮੋਹਾਲੀ 'ਚ ਗ੍ਰੀਨਰੀ ਘਟਦੀ ਹੈ ਚੰਡੀਗੜ੍ਹ 'ਚ ਵੱਧਦੀ ਹੈ ਜੀ ਬਿਕੋਜ਼ ਚੰਡੀਗੜ੍ਹ ਫੋਲੋਜ਼ ਯੂਰੋਪੀਅਨ ਸਿਸਟਮ ਕਿ ਜੇ ਇੱਕ ਪੇੜ ਕੱਟਿਆ ਤਾਂ ਤੁਹਾਨੂੰ 7 ਪੇੜ ਉਸੇ ਟਾਈਮ ਲਾਣੇ ਪੈਣੇ ਆਪਣੇ ਪੰਜਾਬ 'ਚ ਵੀ ਰੂਲ ਹੈ ਲੇਕਿਨ ਇੰਪਲੀਮੈਂਟੇਸ਼ਨ ਨਹੀਂ ਕਿਉਂਕਿ ਫੋਰੈਸਟ ਦੇ ਰੂਲ ਸੇਮ ਨੇ ਇੰਪਲੀਮੈਂਟ ਨਹੀਂ ਹੁੰਦੇ ਅਮਰ ਜੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਕਾਲਰਸ ਨੂੰ ਗੁਜ਼ਾਰਿਸ਼ ਹੈ ਕਿ ਤੁਹਾਡੀਆਂ ਹੀ ਕਾਲਸ ਹੁਣ ਲਈਆਂ ਜਾਣਗੀਆਂ ਤੁਹਾਡੇ ਵਿਚਾਰ ਸੁਣੇ ਜਾਣਗੇ ਅਸੀਂ ਬਹੁਤ ਗੱਲਾਂ ਕੀਤੀਆਂ ਨੇ ਤੁਸੀਂ ਕਾਲ ਕਰ ਸਕਦੇ ਹੋ 7187865221718 ਪੰਜਾਬ 1 ਦੇ ਉੱਤੇ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ